ਤੁਸੀਂ ਵੇਖ ਰਹੇ ਹੋ ਜਗਵੰਤ ਟੀਵੀ ਤੇ ਮੈਂ ਹਾਂ ਗਗਨਦੀਪ ਸਿੰਘ ਬਟਾਲਾ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰ ਗਿਆ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਸ਼ੈਰੀ ਕਲਸੀ ਦੇ ਪੀਏ ਸਮੇਤ ਤਿੰਨ ਲੋਕਾਂ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਦਕਿ ਦੋ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਹਾਦਸੇ ਦੇ ਵਿੱਚ ਚਚੇਰਾ ਭਰਾ ਪੀਏ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸਕਾ ਭਰਾ ਅਤੇ ਇੱਕ ਹੋਰ ਦੋਸਤ ਜਿਹੜੇ ਜਿਹੜੇ ਗੰਭੀਰ ਜ਼ਖਮੀ ਹੋ ਗਏ ਨੇ ਤਾਂ ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਬਟਾਲਾ ਤੋਂ ਐਮਐਲਏ ਸ਼ਹਿਰੀ ਕਲਸੀ ਦੇ ਪੀਏ ਸਮੇਤ ਤਿੰਨ ਲੋਕਾਂ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਹਾਦਸੇ ਦੇ ਵਿੱਚ ਐਮਐਲਏ ਦੇ ਚਚੇਰਾ ਭਰਾ ਪੀਏ ਅਤੇ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਸਾਕਾ ਭਰਾ ਅਤੇ ਇੱਕ ਹੋਰ ਨੌਜਵਾਨ ਗੰਭੀਰ ਦ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਤੁਹਾਨੂੰ ਦੱਸੀ ਦੱਸ ਦਿੰਨੇ ਆਂ ਬੀਤੀ ਰਾਤ ਇਹ ਹਾਦਸਾ ਵਾਪਰਿਆ ਤਾਂ ਜਦੋਂ ਬਟਾਲਾ ਜਲੰਧਰ ਬਾਈਪਾਸ ਨਜ਼ਦੀਕ ਇਹ ਹਾਦਸਾ ਵਾਪਰਿਆ ਤਸਵੀਰਾਂ ਵੇਖ ਰਿਹਾ ਹਾਂ ਤਸਵੀਰਾਂ ਵੇਖ ਰਿਹਾ ਹਾਂ ਤਾਂ ਕਿਸ ਤਰ੍ਹਾਂ ਗੱਡੀ ਦੀ ਹਾਲਤ ਹੈ ਜਿਹੜੀ ਉਹ ਫੱਟੜ ਹੋਈ ਪਈ ਹੈ ਤਾਂ ਤੁਹਾਨੂੰ ਦੱਸਦੀ ਹੈ ਕਾਰ ਦਾ ਟਾਇਰ ਹੈ ਜਿਹੜਾ ਉਹ ਫਟਣ ਕਾਰਨੇ ਹਾਦਸਾ ਵਾਪਰਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ ਦਾ ਜਿਹੜਾ ਟਾਇਰ ਹੈ ਉਹ ਫਟਣ ਕਾਰਨ ਸਾਰਾ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਗੱਡੀ ਜਿਹੜੀ ਉਡ ਵਾਇਡਰ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਭਿਆਨਕ ਹਾਦਸਾ ਵਾਪਰ ਜਾਂਦਾ ਜਿਸ ਹਾਦਸੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਸ਼ਹਿਰੀ ਕਰਸੀ ਦੇ ਪੀਏ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਮਰਤਕਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਚਚੇ ਆਮ ਆਦਮੀ ਪਾਰਟੀ ਐਮਐਲਏ ਦਾ ਚਚੇਰਾ ਭਰਾ ਪੀਏ ਅਤੇ ਇੱਕ ਇੱਕ ਹੋਰ ਨੌਜਵਾਨ ਦੱਸਿਆ ਜਾ ਰਿਹਾ ਹੈ ਅਤੇ ਜਿਨ੍ਹਾਂ ਦੀ ਗੰਭੀਰ ਜਿਹੜੇ ਜਿਨ੍ਹਾਂ ਦੀ ਗੰਭੀਰ ਹਾਲਤ ਬਣੀ ਹੋਈ ਆ ਉਹਨਾਂ ਦੇ ਵਿੱਚ ਸਕਾ ਭਰਾ ਤੇ ਇੱਕ ਹੋਰ ਨੌਜਵਾਨ ਹੈ ਪੰਜ ਲੋਕ ਪੰਜ ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਸੀਗੇ ਜੋ ਕਿਸੇ ਪਾਰਟੀ ਤੋਂ ਆ ਰਹੇ ਸੀਗੇ ਤਾਂ ਪੰਜ ਦੇ ਵਿੱਚੋਂ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਗੰਭੀਰ ਹਾਲਤ ਦੇ ਵਿੱਚ ਦੱਸੇ ਜਾ ਰਹੇ ਨੇ ਪੁਲਿਸ ਅਧਿਕਾਰੀ ਦੇ ਅਨੁਸਾਰ ਜਦੋਂ ਗੱਡੀ ਤੇ ਵਾਪਸ ਆ ਰਹੀ ਸੀ ਤਾਂ ਟਾਇਰ ਫਟਣ ਕਾਰਨ ਸੰਤੁਲਨ ਵਿਗੜ ਗਿਆ ਜਿਸ ਤੋਂ ਬਾਅਦ ਜਿਹੜੀ ਕਾਰ ਹੈ ਉਹ ਡਿਵਾਈਡਰ ਨਾਲ ਟਕਰਾ ਗਈ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਹੋਰ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆਓ ਤੁਹਾਨੂੰ ਉਹ ਵੀ ਸੁਣਾਉਣੇ ਆ ਰਾਤ ਦੇ ਸੁਪਨੇ ਦੇ ਐਮਐਲਏ ਸਟਾਫ ਜਿਹੜੇ ਹੈਗੇ ਸੀ ਪੀਏ ਸਾਹਿਬ ਨਾਸਨ ਦੇ ਇੱਕ ਰਿਲੇਟਿਵ ਸੀ ਜੀ ਮੇਰੇ ਪੰਜ ਬੰਦੇ ਆ ਰਹੇ ਸੀ ਪਾਰਟੀ ਤੋਂ ਵਾਪਸ ਰਾਤ 12:40 ਨਾਲ ਡਿਵਾਈਡਰ ਦੇ ਵਜੋਂ ਨਾਲ ਤਿੰਨ ਮਾਰੀ ਮੌਕੇ ਦੇ ਹਾਥੀ ਦੋ ਜ਼ਖਮੀ ਹੋਏ ਨੇ ਕਿੰਨਾ ਕਿੰਨਾ ਜ਼ਖਮੀ ਇੱਕ ਵਿਦੇਸ਼ ਨਾਲ ਪੀਜ ਕਮਰੇ ਸਨਾ ਸ਼ੋਕ ਕੁਮਾਰ ਵਾਸੀ ਦੋਲਾਂ ਨਗਲ ਗੁਰਲੀਨ ਸਈਸਨ ਬੀਨ ਸਿੰਘ ਹਾਊਸ ਨੰਬਰ 165 ਕਰਨਪੁਰਾ ਕਲੋਨੀ 9 ਨਵੀਂ ਦਿੱਲੀ ਸੁਨੀਲ ਸਨੋ ਜੀਤ ਵਾਸੀ ਰਾਧਾ ਕਹੀ ਨੀ ਦੋਲਾਂ ਨਗਲ ਦੇ ਤਿੰਨ ਮਾਰੀ ਟੈਕਨੀਕ ਜੀਪ ਆਪਣੇ ਹੋਇਆ ਜੀ ਪੁਲਿਸ ਨੇ ਰਿਕਾਰਡ ਕੀਤਾ ਜੀ ਬੀਏ ਚਲੇ ਹਾਂ ਬੀਏ ਚਲੇ ਹੋਰ ਇੱਕ ਨੂੰ ਨਹੀਂ ਹੋਤਾ ਜੀ ਜ਼ਖਮੀ ਕਿੰਨੇ ਹੋਏ ਦੋ ਜ਼ਖਮੀ ਜੀ ਅਮਰ ਕਲਸੀ ਭਰਾ ਇੱਕ ਮਾਨਸਮਿਤ ਜਿਹੜੇ ਅਮਰ ਸਰਫ ਪੁਲਿਸ ਕੀ ਕਿਹਾ ਜੀ ਬਟਾਲਾ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰ ਗਿਆ ਜਿਸ ਹਾਦਸੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮਐਲਏ ਸ਼ਹਿਰੀ ਕਲਸੀ ਦੇ ਪੀਏ ਸਮੇਤ ਤਿੰਨ ਲੋਕਾਂ ਦੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤੇ ਦੋ ਲੋਕ ਨੇ ਜਿਹੜੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਮ੍ਰਿਤਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਚਚੇਰਾ ਭਰਾ ਪੀਏ ਅਤੇ ਇੱਕ ਹੋਰ ਨੌਜਵਾਨ ਆ ਜਿਹੜਾ ਜਿਸ ਦੀ ਮੌਤ ਹੋ ਗਈ ਹੈ ਤੇ ਜ਼ਖਮੀਆਂ ਦੇ ਵਿੱਚ ਸਕਾ ਭਰਾ ਅਤੇ ਇੱਕ ਹੋਰ ਨੌਜਵਾਨ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਬੀਤੀ ਰਾਤ ਕਿਸੇ ਪਾਰਟੀ ਤੋਂ ਇਹ ਪੰਜ ਨੌਜਵਾਨ ਗੱਡੀ ਤੇ ਵਾਪਸ ਆ ਰਹੇ ਸੀ ਤਾਂ ਰਾਸਤੇ ਦੇ ਵਿੱਚ ਟਾਇਰ ਫਟਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਵਾਪਰ ਗਿਆ ਜਿਸ ਤੋਂ ਬਾਅਦ ਟਾਇਰ ਫਟਣ ਤੋਂ ਬਾਅਦ ਜਿਹੜੀ ਗੱਡੀ ਹੈ ਉਹ ਡਿਵਾਈਡਰ ਦੇ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਗਿਆ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ ਆਮ ਆਦਮੀ ਪਾਰਟੀ ਦੇ ਸ਼ਹਿਰੀ ਕਲਸੀ ਦੇ ਪੀਏ ਚਚੇਰਾਪਰਾ ਅਤੇ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਸਕਾਪਰਾ ਅਤੇ ਇੱਕ ਹੋਰ ਨੌਜਵਾਨ ਦੀ ਹਾਲਤ ਹੈ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਹਾਦਸਾ ਜਿਹੜਾ ਜਲੰਧਰ ਅੰਮ੍ਰਿਤਸਰ ਬਾਈਪਾਸ ਦੇ ਨਜ਼ਦੀਕ ਹੈ ਜਿਹੜਾ ਉਹ ਵਾਪਰੇ ਆ ਤਾਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਗੱਡੀ ਦੀ ਹਾਲਤ ਹੈ ਜਿਹੜੀ ਉਹ ਪੂਰੀ ਤਰ੍ਹਾਂ ਪੰ ਟੁੱਟ ਟੁੱਟੀ ਪਈ ਹੈ ਕਿਸ ਤਰ੍ਹਾਂ ਜਿਹੜੀ ਇਹ ਡਿਵਾਈਡਰ ਵੀ ਹੈ ਜਿਹੜਾ ਉਹ ਟੁੱਟਿਆ ਪਿਆ ਹੈ ਤਾਂ ਤਸਵੀਰਾਂ ਵੇਖ ਰਹੇ ਹੋ ਬਟਾਲਾ ਦੇ ਨਜ਼ਦੀਕ ਨਜ਼ਦੀਕ ਦੀਆਂ ਨੇ ਜਿੱਥੇ ਇਹ ਹਾਦਸਾ ਵਾਪਰੇ ਆ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਸ਼ਹਿਰੀਕਰਸੀ ਐਮ ਐਲ ਏ ਨੇ ਉਹਨਾਂ ਦੇ ਪੀਏ ਨਾਲ ਇਹ ਵੱਡਾ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਪੀਏ ਚਚੇਰਾਪਰਾ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਸਕਾਪਰਾ ਅਤੇ ਇੱਕ ਹੋਰ ਨੌਜਵਾਨ ਜਿਹੜੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਪੁਲਿਸ ਅਧਿਕਾਰੀ ਦਾ ਹੋਰ ਕੀ ਕਹਿਣਾ ਇਹ ਹਾਦਸਾ ਕਿਉਂ ਵਾਪਰਿਆ ਆ ਉਹ ਤੁਹਾਨੂੰ ਉਹ ਵੀ ਸੁਣਾਉਣੇ ਆ ਆਪਣੇ ਐਮ ਐਲ ਏ ਸਟਾਫ ਜਿਹੜੇ ਹੈਗੇ ਸੀ ਪੀਏ ਸਾਹਿਬ ਲਾਸਨ ਦੇ ਕਿ ਰੈਲੇਟਿਵ ਸੀ ਜੀ ਮੇਰੇ ਪੰਜ ਬੰਦੇ ਆ ਰਹੇ ਸੀ ਪਾਰਟੀ ਤੋਂ ਵਾਪਸ ਰਾਤ 10:00 ਟਨ ਨਾਲ ਡਿਵਾਈਡਰ ਦੇ ਵੱਜਨ ਨਾਲ ਤਿੰਨ ਮਾਰੀ ਮੌਕੇ ਦੇ ਹੱਥ ਹੋਈ ਦੁਖਮੀ ਹੋਈ ਲੈ ਕਿੰਨਾ ਕਿੰਨਾ ਜ਼ਖਮੀ ਇੱਕ ਉਪਦੇਸ਼ ਨਾਲ ਪੀਜ ਕਪਰੀ ਸਨ ਸੁਖ ਕੁਮਾਰ ਵਾਸੀ ਦੋਲਾਂ ਨਗਲ ਗੁਰ ਹਾਸੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮ ਐਲ ਏ ਸ਼ੈਰੀ ਕਲਸੀ ਦੇ ਪੀ ਐ ਸਮੇਤ ਤਿੰਨ ਲੋਕਾਂ ਦੀ ਹਾਸੇ ਦੇ ਵਿੱਚ ਜਾਨ ਚਲੀ ਗਈ ਹੈ ਤੇ ਦੋ ਲੋਕ ਨੇ ਜਿਹੜੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਮ੍ਰਿਤਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਚਚੇਰਾ ਭਰਾ ਪੀਏ ਅਤੇ ਇੱਕ ਹੋਰ ਨੌਜਵਾਨ ਆ ਜਿਹੜਾ ਜਿਸ ਦੀ ਮੌਤ ਹੋ ਗਈ ਹੈ ਤੇ ਜ਼ਖਮੀਆਂ ਦੇ ਵਿੱਚ ਸਕਾ ਭਰਾ ਅਤੇ ਇੱਕ ਹੋਰ ਨੌਜਵਾਨ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਬੀਤੀ ਰਾਤ ਕਿਸੇ ਪਾਰਟੀ ਤੋਂ ਇਹ ਪੰਜ ਨੌਜਵਾਨ ਗੱਡੀ ਤੇ ਵਾਪਸ ਆ ਰਹੇ ਸੀ ਤਾਂ ਰਾਸਤੇ ਦੇ ਵਿੱਚ ਟਾਇਰ ਫਟਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਵਾਪਰ ਗਿਆ ਜਿਸ ਤੋਂ ਬਾਅਦ ਟਾਇਰ ਫਟਣ ਤੋਂ ਬਾਅਦ ਜਿਹੜੀ ਗੱਡੀ ਹੈ ਉਹ ਡਿਵਾਈਡਰ ਦੇ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਗਿਆ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ ਆਮ ਆਦਮੀ ਪਾਰਟੀ ਦੇ ਸ਼ਹਿਰੀ ਕਲਸੀ ਦੇ ਪੀਏ ਚਚੇਰਾਪਰਾ ਅਤੇ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਸਕਾਪਰਾ ਅਤੇ ਇੱਕ ਹੋਰ ਨੌਜਵਾਨ ਦੀ ਹਾਲਤ ਹੈ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਹਾਦਸਾ ਜਿਹੜਾ ਜਲੰਧਰ ਅੰਮ੍ਰਿਤਸਰ ਬਾਈਪਾਸ ਦੇ ਨਜ਼ਦੀਕ ਹੈ ਜਿਹੜਾ ਉਹ ਵਾਪਰ ਰਿਹਾ ਤਾਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਗੱਡੀ ਦੀ ਹਾਲਤ ਹੈ ਜਿਹੜੀ ਉਹ ਪੂਰੀ ਤਰ੍ਹਾਂ ਪੰ ਟੁੱਟ ਟੁੱਟੀ ਪਈ ਹੈ ਕਿਸ ਤਰ੍ਹਾਂ ਜਿਹੜੀ ਹੈ ਡਿਵਾਈਡਰ ਵੀ ਹੈ ਜਿਹੜਾ ਉਹ ਟੁੱਟਿਆ ਪਿਆ ਤਾਂ ਤਸਵੀਰਾਂ ਵੇਖ ਰਹੇ ਹੋ ਵਟਾਲਾ ਦੇ ਨਜ਼ਦੀਕ ਨਜ਼ਦੀਕ ਦੀਆਂ ਨੇ ਜਿੱਥੇ ਇਹ ਹਾਦਸਾ ਵਾਪਰਿਆ ਹੈ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਸ਼ਹਿਰੀ ਕਲਸੀ ਐਮਐਲਏ ਨੇ ਉਹਨਾਂ ਦੇ ਪੀਏ ਨਾਲ ਇਹ ਵੱਡਾ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਪੀਏ ਚਚੇਰਾਪਰਾ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਸਕਾਪਰਾ ਅਤੇ ਇੱਕ ਹੋਰ ਨੌਜਵਾਨ ਜਿਹੜੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਪੁਲਿਸ ਅਧਿਕਾਰੀ ਦਾ ਹੋਰ ਕੀ ਕਹਿਣਾ ਇਹ ਹਾਦਸਾ ਕਿਉਂ ਵਾਪਰਿਆ ਆਓ ਤੁਹਾਨੂੰ ਉਹ ਵੀ ਸੁਣਾਉਣੇ ਆਂ ਇਸ ਹਾਦਸੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮਐਲਏ ਸ਼ਹਿਰੀ ਕਲਸੀ ਦੇ ਪੀਏ ਸਮੇਤ ਤਿੰਨ ਲੋਕਾਂ ਦੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤੇ ਦੋ ਲੋਕ ਨੇ ਜਿਹੜੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਮ੍ਰਿਤਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਚਚੇਰਾ ਭਰਾ ਪੀਏ ਅਤੇ ਇੱਕ ਹੋਰ ਨੌਜਵਾਨ ਆ ਜਿਹੜਾ ਜਿਸ ਦੀ ਮੌਤ ਹੋ ਗਈ ਹੈ ਤੇ ਜ਼ਖਮੀਆਂ ਦੇ ਵਿੱਚ ਸਕਾ ਭਰਾ ਅਤੇ ਇੱਕ ਹੋਰ ਨੌਜਵਾਨ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਬੀਤੀ ਰਾਤ ਕਿਸੇ ਪਾਰਟੀ ਤੋਂ ਇਹ ਪੰਜ ਨੌਜਵਾਨ ਗੱਡੀ ਤੇ ਵਾਪਸ ਆ ਰਹੇ ਸੀ ਤਾਂ ਰਾਸਤੇ ਦੇ ਵਿੱਚ ਟਾਇਰ ਫਟਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਵਾਪਰ ਗਿਆ ਜਿਸ ਤੋਂ ਬਾਅਦ ਟਾਇਰ ਫਟਣ ਤੋਂ ਬਾਅਦ ਜਿਹੜੀ ਗੱਡੀ ਹੈ ਉਹ ਡਿਵਾਈਡਰ ਦੇ ਨਾਲ ਜਾ ਟਕਰਾਈ